ਜੋ ਹਾਲਾਤ 550 ਸਾਲ ਪਹਿਲਾਂ ਸੀ ਕੀ ਹੁਣ ਉਹ ਹਾਲਾਤ ਨਹੀਂ? ਸਾਧ ਸੰਗਤ ਮਾਫ ਕਰਿਓ, ਕੰਪੈਰੀਜ਼ਨ ਕਰਕੇ ਵੇਖਿਓ ਤਾਂ ਤੁਹਾਨੂੰ ਐ ਲੱਗੇਗਾ ਵੀ ਘਰ ਪੱਕੇ ਬਣੇ ਨੇ, ਕੋਠੀਆਂ ਬਣੀਆਂ ਨੇ, ਕਾਰਾਂ ਬਣੀਆਂ ਨੇ, ਲੋਕ ਪੜ੍ਹ ਲਿਖ ਗਏ ਨੇ, ਪਰ ਹਾਲਾਤ ਘੁੰਮ ਕੇ ਫਿਰ ਉਹੀ ਆ। ਹਾਲਾਤ ਨਹੀਂ ਬਦਲੇ, ਹਾਲਾਤ ਦੁਬਾਰਾ ਫਿਰ ਘੁੰਮ ਕੇ ਉਦਾਂ ਦੇ ਆ ਗਏ। ਇੱਕੋ ਪੌੜੀ ਦੇ ਅਰਥ ਕਰਨੇ ਧਿਆਨ ਨਾਲ ਸੁਣੇ। ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੀ ਪੌੜੀ ਲਿਖੀ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ, ਕਹਿੰਦੇ ਪਹਿਲਾਂ ਹਾਲਾਤ ਸਨ ਕਿ ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵੰਦੇ ਉਲਟੀ ਬਾੜ ਖੇਤ ਕੋ ਖਾਈ। ਕੀ ਅੱਜ ਨਹੀਂ ਹੈ? ਅੱਜ ਵੀ ਉਹੀਓ ਹਾਲਾਤ ਕਿਉਂ ਹੋਏ ਨੇ ਇਹ ਵੀ ਮੈਂ ਦੱਸਾਂ। ਮੁਰਦਿਆਂ ਤੋਂ ਉਦੋਂ ਲੋਕ ਪੈਸਾ ਖਾਂਦੇ ਸਨ, ਕਾਰੂ ਬਾਦਸ਼ਾਹ ਵਰਗੇ ਇੰਨੇ ਲੋਭੀ ਹੋ ਗਏ ਕਿ ਕਬਰਾਂ ਪੱਟ ਕੇ ਕਬਰਾਂ ਚੋਂ ਪੈਸੇ ਕੱਢ ਲਏ। ਜਿਹੜੇ ਮੁਰਦੇ ਦੇ ਮੂੰਹ ਚ ਸਿੱਕਾ ਰੱਖਦੇ ਸੀ ਨਾ ਮੁਸਲਮਾਨ, ਉਹਨੇ ਕਿਹਾ ਸਿੱਕਾ ਕਿੱਥੋਂ ਲਿਆ? ਆਪਣੇ ਰਾਜ ਵਿੱਚ ਮਾਇਆ ਸਭ ਇਕੱਠੀ ਕਰ ਲਈ। ਐਲਾਨ ਕਰਤਾ ਕਿਸੇ ਬੰਦੇ ਕੋਲ ਪੈਸਾ ਨਹੀਂ, ਜੇ ਕਿਸੇ ਕੋਲ ਸਿੱਕਾ ਹੋਵੇ ਉਹ ਸਿੱਕਾ ਲਿਆ ਕੇ ਦਿਖਾ ਦੇ, ਮੈਂ ਆਪਣੀ ਲੜਕੀ ਦਾ ਵਿਆਹ ਕਰਨਾ। ਇੱਕ ਕੋਈ ਗਰੀਬ ਲੜਕਾ, ਉਹਨੇ ਆਪਣੀ ਮਾਂ ਨੂੰ ਕਿਹਾ ਇੱਕ ਸਿੱਕਾ ਮਿਲ ਜਾਏ ਆਪਾਂ ਅਮੀਰ ਹੋ ਜਾਂਗੇ। ਉਹਨੇ ਕਿਹਾ ਪੁੱਤ ਪੈਸਾ ਹੈ ਹੀ ਨਹੀਂ ਇਹਦੇ ਰਾਜ, ਸਾਰਾ ਪੈਸਾ ਤਾਂ ਕੱਲਾ ਹੀ ਖਾ ਗਿਆ, ਸਾਰਾ ਪੈਸਾ ਤਾਂ 40 ਗੰਜ ਉਹਨੇ ਕਾਰੂ ਬਾਦਸ਼ਾਹ ਨੇ ਜੋੜ ਲਏ। ਸਾਧ ਸੰਗਤ ਅੱਜ ਵੀ ਰਾਜੇ ਵੇਖੋ ਕੱਲੇ ਜੋੜਨ ਤੇ ਹੋਏ, ਕੱਲੇ ਏਦਾਂ ਦੀਆਂ ਕੰਪਨੀਆਂ ਸਿਸਟਮ ਬਣ ਗਏ, ਦੂਜਿਆਂ ਨੂੰ ਨਿਗਲ ਗਏ, ਵੱਡੇ ਟਰਾਂਸਪੋਰਟਰ ਛੋਟਿਆਂ ਨੂੰ ਖਾ ਗਏ, ਤੇ ਸਾਧ ਸੰਗਤ ਇਹੀ ਤਰੀਕਾ ਸਭ ਕੁਝ ਚੱਲ ਰਿਹਾ। ਤਾਂ ਜਦੋਂ ਹੁਣ ਕੀ ਬਣਿਆ? ਉਹ ਕਾਰੂ ਬਾਦਸ਼ਾਹ ਦੀ ਉਹਦੇ ਰਾਜ ਵਿੱਚ ਉਹ ਮੁਸਲਮਾਨ ਮਾਈ ਨੇ ਕਿਹਾ ਪੁੱਤ ਸਿੱਕਾ ਤਾਂ ਮਿਲ ਜਾਏਗਾ ਪਰ ਤੈਨੂੰ ਨਾਪਾਕ ਕੰਮ ਕਰਨਾ ਪੈਣਾ। ਉਹ ਕਹਿੰਦਾ ਕਿੱਥੋਂ? ਕਹਿੰਦੀ ਜਦੋਂ ਤੇਰਾ ਅੱਬਾ ਮਰਿਆ ਸੀ ਉਦੋਂ ਕਬਰ ਵਿੱਚ ਉਹਨੂੰ ਦਫਨਾਉਣ ਲੱਗਿਆ ਮੂੰਹ ਚ ਸਿੱਕਾ ਰੱਖਿਆ, ਉਹਨੇ ਜਾ ਕੇ ਕਬਰ ਪੱਟ ਲਈ, ਪਿਓ ਦਾ ਸਰੀਰ ਤਾਂ ਗਲ ਕੇ ਹੱਡੀਆਂ ਹੋ ਚੁੱਕਾ ਸੀ। ਉਹਨੇ ਖਾਕ ਛਾਣ ਕੇ ਕਬਰ ਵਿੱਚੋਂ ਸਿੱਕਾ ਕੱਢਿਆ, ਰਾਜੇ ਨੂੰ ਪੇਸ਼ ਕੀਤਾ। ਰਾਜੇ ਨੇ ਕਿਹਾ ਤੈਨੂੰ ਮਾਰ ਮੁਕਾ ਦਾਂਗਾ, ਫਾਂਸੀ ਦੇ ਦਾਂਗਾ, ਦੱਸ ਸਿੱਕਾ ਕਿੱਥੋਂ ਲਿਆ? ਉਹਨੇ ਕਿਹਾ ਅੱਬਾ ਦੀ ਕਬਰ ਚੋਂ। ਤੇ ਕਹਿੰਦੇ ਉਹਨੇ ਮੁਰਦਿਆਂ ਦੀਆਂ ਕਬਰਾਂ ਪਟਾ ਕੇ ਸਾਰੇ ਸਿੱਕੇ ਕਢਾ ਲਏ। ਇਹ ਹਾਲਾਤ ਪਹਿਲਾਂ ਸੀ, ਅੱਜ ਤੁਸੀਂ ਵੇਖਿਓ ਕੀ ਅੱਜ ਉਹ ਹਾਲਾਤ ਨਹੀਂ ਹੈ। ਸਾਧ ਸੰਗਤ ਬੰਦਿਆਂ ਦੇ ਐਕਸੀਡੈਂਟ ਪਰਿਵਾਰ ਮਰੇ ਪਏ ਹੁੰਦੇ ਨੇ, ਉੱਪਰ ਹਿਫਾਜ਼ਤ ਕਰਨ ਵਾਲੇ ਬੰਦੇ ਪਹਿਲਾਂ ਸੋਨਾ ਲਾਉਂਦੇ ਨੇ, ਮੁਰਦਿਆਂ ਤੋਂ ਖਾਂਦੇ ਨੇ। ਇੱਕ ਸੱਜਣਾ ਦਾ ਉਹਨਾਂ ਦਾ ਬਜ਼ੁਰਗ ਅਜੇ ਬਹੁਤੀ ਉਮਰ ਦਾ ਨਹੀਂ, ਉਹ ਗੁੰਮ ਗਿਆ, ਮਹੀਨਾ ਖੋਇਆ, ਦੁਸਹਿਰੇ ਵਾਲੇ ਦਿਨ ਦਾ ਗੁੰਮਿਆ। ਵਿਚਾਰਿਆਂ ਨੇ ਅਖਬਾਰ ਵਿੱਚ ਦਿੱਤਾ, ਲੱਭਦੇ ਫਿਰਦੇ ਨੇ, ਸਾਡਾ ਪਿਓ ਮਿਲ ਜਾ ਗਵਾਚ ਗਿਆ, ਕਿਤੇ ਕਿਸੇ ਨੇ ਮਾਰ ਕੇ ਨਹਿਰ ਚ ਨਾ ਸੁੱਟ ਦਿੱਤਾ ਹੋਵੇ, ਜਾਂ ਉਹ ਆਪ ਨਾ ਦੁਖੀ ਹੋ ਕੇ ਕਿਸੇ ਕਾਰਨ ਕਰਕੇ ਮਰ। ਉਹਨਾਂ ਬੰਦਿਆਂ ਪਤਾ ਕੀ ਕੀਤਾ? ਜਿੱਥੇ ਸਰਹੰਦ ਵਾਲੀਆਂ ਨਹਿਰਾਂ ਦੇ ਹੈਡ ਪੈਂਦੇ ਨੇ, ਜਿੱਥੇ ਜਿੱਥੇ ਲਾਸ਼ਾਂ ਫੜੀਆਂ ਜਾਂਦੀਆਂ, ਤਾਂ ਉਹ ਪੱਤਣਾਂ ਉੱਤੇ ਜਿੱਥੇ ਲਾਸ਼ਾਂ ਫੜੀਆਂ ਜਾਂਦੀਆਂ ਨੇ ਹਰੀ ਕੇ ਪੱਤਣ ਤੇ, ਉੱਧਰ ਸਰਹੰਦ ਵਾਲੇ ਹੈਡ ਤੇ ਉਹਨਾਂ ਰਿਪੋਰਟਾਂ ਲਿਖਾਈਆਂ, ਫੋਟੋਆਂ ਦਿੱਤੀਆਂ। ਹੁਣ ਥੋੜੇ ਦਿਨ ਹੋਏ, ਪਤਾ ਕੀ ਘਟਨਾ ਘਟੀ? ਉਹ ਪਰਿਵਾਰ ਵਾਲੇ ਗਏ, ਕਹਿੰਦੇ ਜੀ ਕੋਈ ਲਾਸ਼ ਮਿਲੀ? ਕੋਈ ਅਤਾ ਪਤਾ ਦੱਸੋ? ਦੱਸਿਆ ਨਹੀਂ। ਤਾਂ ਉੱਥੇ ਜਿਹੜੇ ਬੰਦੇ ਬੈਠੇ ਨੇ, ਹੈ ਤਾਂ ਸਰਕਾਰੀ, 50-50 ਹਜ਼ਾਰ ਰੁਪਇਆ ਤਨਖਾਹ, ਉਹ ਪਤਾ ਕੀ ਕਹਿੰਦੇ? ਕਹਿੰਦੇ ਅਸੀਂ ਲਾਸ਼ਾਂ ਫੜਨ ਨੂੰ ਥੋੜੀ ਰੱਖੇ, ਕੋਈ ਪੈਸੇ ਦੇ ਕੇ ਗਏ ਹੋ? ਕੋਈ ਪੈਸੇ ਦਿਓ 10-20 ਹਜ਼ਾਰ ਰੁਪਇਆ, ਫਿਰ ਖਿਆਲ ਰੱਖਾਂਗੇ ਤੁਹਾਡੇ ਬਜ਼ੁਰਗ ਦੀ ਲਾਸ਼। ਕੋਈ 5-10 ਹਜ਼ਾਰ ਰੁਪਇਆ ਦਿਓ, ਫਿਰ ਖਿਆਲ ਰੱਖਾਂਗੇ। ਨਹੀਂ ਸਾਨੂੰ ਕੀ ਹੈ, ਅਸੀਂ ਫੱਟਾ ਚੁੱਕ ਦੇ ਤਾਂ ਅੱਗੇ ਲੰਘ ਜਾਂਦੀ ਹੈ। ਪੈਸੇ ਦਿਓ ਤਾਂ ਫਿਰ ਉਹ ਫੋਟੋ ਦਾ ਖਿਆਲ ਰੱਖਣਗੇ। ਸਾਧ ਸੰਗਤ, ਇੱਥੇ ਲੋਕਾਂ ਨੂੰ ਅੱਜ ਵੀ ਤਰਸ ਨਹੀਂ ਆ ਰਿਹਾ, ਮੁਰਦਿਆਂ ਤੋਂ ਅੱਜ ਵੀ ਦੁਨੀਆਂ ਖਾਂਦੀ ਹੈ। ਕਿਉਂ ਖਾਂਦੀ ਹੈ? ਅਗਲੀ ਪੰਕਤੀ ਦੇ ਅਰਥ ਕਰਕੇ ਫਿਰ ਮੈਂ ਦੱਸਦਾ। ਭਾਈ ਗੁਰਦਾਸ ਸਾਹਿਬ ਲਿਖਦੇ, ਉਲਟੀ ਬਾੜ ਖੇਤ ਕੋ ਖਾਈ। ਉਲਟੀ ਬਾੜ ਉਦੋਂ ਖੇਤ ਨੂੰ ਖਾਂਦੀ ਸੀ, ਰਾਜੇ ਪਰਜਾ ਨੂੰ ਖਾਂਦੇ ਸੀ। ਅੱਜ ਵੀ ਉਲਟੀ ਬਾੜ ਖੇਤ ਕੋ ਖਾਈ। ਲੋਕ ਪੈਸੇ ਸੰਭਾਲਣ ਲਈ ਬੈਂਕਾਂ ਚ ਰੱਖਦੇ ਨੇ, ਚੋਰੀ ਨਾ ਹੋ ਜਾਏ, ਬੈਂਕਾਂ ਵਾਲੇ ਖਾ ਕੇ ਡੁੱਬ ਜਾਂਦੇ ਨੇ। ਉਲਟੀ ਬਾੜ ਖੇਤ ਕੋ ਖਾਈ।
ਤੁਹਾਡਾ ਹਜ਼ਾਰਾਂ ਕਰੋੜਾਂ ਰੁਪਈਆ ਖਾ ਗਏ, ਬੈਂਕਾਂ ਡੁੱਬ ਗਈਆਂ, ਪੰਜਾਬ ਮਹਾਰਾਸ਼ਟਰ ਬੈਂਕ ਡੁੱਬ ਗਈ। ਜਿਹੜੇ ਬੰਦੇ ਦਾ 90 ਲੱਖ ਰੁਪਈਆ ਸੀ ਨਾ, ਕਹਿੰਦੇ ਉਹਨੂੰ ਅਟੈਕ ਹੋ ਗਿਆ, ਉਹ ਮਰ ਗਿਆ। ਹੁਣ ਕਾਨੂੰਨ ਪਤਾ ਕੀ ਬਣਿਆ 1966 ਦਾ ਹੀ ਹੈ, ਹੁਣ ਲਾਗੂ ਕਰਤਾ ਕਿ ਤੁਹਾਡਾ ਭਾਵੇਂ 50 ਲੱਖ ਬੈਂਕ ਚ ਪਿਆ ਹੋਵੇ, ਜੇ ਬੈਂਕ ਡੁੱਬ ਜਾਏ ਤੁਹਾਨੂੰ 1 ਲੱਖ ਰੁਪਏ ਤੋਂ ਵੱਧ ਪੈਸੇ ਨਹੀਂ ਮਿਲਣੇ। ਉੱਤੇ ਬਕਾਇਦਾ ਤੁਹਾਡੀ ਈਮੇਲ ਕਾਪੀਆਂ ਤੇ ਲਿਖ ਕੇ ਦੇਣ, ਕੋਈ ਬੈਂਕ ਡੁੱਬ ਜਾਏ ਤਾਂ ਤੁਹਾਨੂੰ 1 ਲੱਖ ਰੁਪਏ ਤੋਂ ਵੱਧ ਨਹੀਂ ਮਿਲਣਾ, ਭਾਵੇਂ 50 ਲੱਖ ਤੁਹਾਡਾ ਜਮਾ ਹੋਵੇ। ਹੁਣ ਕਿੱਥੇ ਰੱਖੋਗੇ? ਘਰੋਂ ਬੰਦਾ ਚੋਰੀ ਨਾ ਹੋ ਜਾਏ ਪੈਸੇ ਬੈਂਕ ਚ ਰੱਖਦਾ, ਬੱਚਿਆਂ ਦੇ ਕੰਮ ਆਉਣਗੇ, ਬੈਂਕਾਂ ਹੀ ਖਾ ਜਾਣ, ਉਲਟੀ ਬਾੜ ਖੇਤ ਪਾ ਖਾਈ। ਇਹ ਕਲਯੁਗ ਦੇ ਹਾਲਾਤ ਘੁੰਮ ਕੇ ਫਿਰ ਉੱਥੇ ਆ ਗਏ, ਰਾਜੇ ਉਲਟਾ ਲਹੂ ਨਿਚੋੜ ਕੇ ਲੋਕਾਂ ਦੀ ਰੱਤ ਪੀਣ ਲੱਗ ਪਏ। ਸਾਧ ਸੰਗਤ, ਇਹ ਪਤਾ ਕਿਉਂ ਹੋਇਆ? ਉਹਦਾ ਇੱਕੋ ਹੀ ਕਾਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਸੀ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਾਨਿਆ। ਇੱਕ ਵਾਰ ਆਖੋ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ। ਭਾਈ ਇਹ ਗੁਰਬਾਣੀ ਚਾਨਣ ਸੀ, ਹਨੇਰੇ ਵਿੱਚ ਤਾਂ ਬੰਦਾ ਆਪਣੇ ਘਰ ਵਿੱਚ ਵੀ ਠੇਡਾ ਖਾ ਜਾਂਦਾ, ਘਰ ਵਿੱਚ ਲਾਈਟ ਚਲੀ ਜਾਏ, ਸਾਡਾ ਆਪਣਾ ਘਰ ਹੈ, ਪਤਾ ਵੀ ਰਸੋਈ ਇੱਥੇ, ਕਿਚਨ ਇੱਥੇ, ਬਾਥਰੂਮ, ਆਪਣੇ ਘਰ 'ਚ ਵੀ ਠੇਡਾ ਖਾ ਜਾਂਦਾ, ਆਪਣੇ ਘਰ ਵਿੱਚ ਵੀ ਉਹ ਗੋਡਾ ਬਣਾ ਲੈਂਦਾ ਕਿਤੇ ਦਰਵਾਜ਼ੇ ਮੰਜੇ 'ਚ ਵੱਜ ਕੇ, ਕਿਉਂ? ਹਨੇਰਾ ਹੈ। ਚਾਨਣ ਵਿੱਚ ਬੰਦਾ ਬਾਹਰ ਵੀ ਠੇਡਾ ਨਹੀਂ ਖਾਂਦਾ, ਜਿੰਨੀਆਂ ਠੋਕਰਾਂ ਪੈਂਦੀਆਂ ਹਨੇਰੇ ਵਿੱਚ। ਆਪਾਂ ਗੁਰਬਾਣੀ ਤੋਂ ਟੁੱਟ ਗਏ ਤਾਂ ਦੁਬਾਰਾ ਹਾਲਾਤ ਉਹ ਆ ਗਏ, ਆਪਾਂ ਗੁਰਬਾਣੀ ਦੇ ਚਾਨਣ ਤੋਂ ਦੂਰ ਚਲੇ ਗਏ। ਸਿੱਖੋ ਮਾਫ ਕਰਿਓ, ਅਖੰਡ ਪਾਠ ਸਾਹਿਬ ਵੀ ਕਰਾਏ ਨੇ, ਵਿੱਚ ਕੀ ਲਿਖਿਆ? ਇੱਕ ਵੀ ਨਹੀਂ ਕਮਾਇਆ, ਉਪਦੇਸ਼ ਇੱਕ ਵੀ ਨਹੀਂ ਕਮਾਇਆ ਜਾ। ਇਸੇ ਲਈ ਆਪਾਂ ਗੁਰਬਾਣੀ ਦੇ ਚਾਨਣ ਤੋਂ ਦੂਰ ਹੋ ਗਏ। ਅਰਦਾਸ ਕਰਿਓ ਕਿਤੇ ਸਤਿਗੁਰੂ ਨਦਰ ਕਰਨ, ਆਪਾਂ ਬਾਣੀ ਦੇ ਚਾਨਣ ਵਿੱਚ ਜਿਉਣ ਲੱਗ ਜਾਈਏ। ਇੱਕ ਵਾਰ ਆਪਣੇ ਮਨ ਨੂੰ ਪੜਾਓ ਸਾਰੇ ਉੱਚੀ ਆਵਾਜ਼ ਵਿੱਚ, ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਗੱਜ ਕੇ, ਗੁਰਬਾਣੀ ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ। ਵਾਹਿਗੁਰੂ ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਪਰ ਆਪਾਂ ਅਗਿਆਨਤਾ ਦੇ ਹਨੇਰੇ ਵਿੱਚ ਆਪਣੇ ਅੰਦਰ ਲੋਭ ਪਲਪ ਰਿਹਾ, ਸੰਤੋਖ ਨਹੀਂ, ਸਬਰ ਨਹੀਂ। ਇਸ ਲਈ ਸਾਧ ਸੰਗਤ ਜੀ, ਇਹ ਸਭ ਕੁਝ ਆਪਣੇ ਨਾਲ ਹੋ ਰਿਹਾ, ਜੋ 550 ਸਾਲ ਪਹਿਲਾਂ ਸੀ ਕਿ ਪਰਜਾ ਅੰਧੀ ਗਿਆਨ ਬਿਨ ਕੂੜ ਕੋ ਸਤਮੁਖੋਂ ਆਲਾਈ। ਪਰਜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵੇਲੇ ਅੰਨੀ ਸੀ, ਅੱਜ ਗਿਆਨਵਾਨ ਹੋ ਗਏ? ਨਹੀਂ। ਅੱਜ ਵੀ ਆਪਾਂ ਗੁਰਬਾਣੀ ਤੋਂ ਦੂਰ ਹੋਣ ਕਰਕੇ ਅੰਨੇ ਹਾਂ। ਕਿਵੇਂ? ਪੜ੍ਹੇ ਲਿਖੇ ਲੋਕ ਜਿਨ੍ਹਾਂ ਨੇ ਡਿਗਰੀਆਂ ਕਰ ਲਈਆਂ, ਡਾਕਟਰ ਬਣ ਗਏ। ਸਾਧ ਸੰਗਤ, ਆਪਾਂ ਚਾਨਣ ਵਿੱਚ ਨਹੀਂ ਆਏ, ਅੱਜ ਵੀ ਅੰਨੇ ਦੇ ਅੰਨੇ, ਵੱਡੇ ਵੱਡੇ ਡਾਕਟਰ, ਪੜ੍ਹੇ ਲਿਖੇ ਟੀਚਰ, ਪ੍ਰੋਫੈਸਰ, ਦਰਿਆਵਾਂ ਤੇ ਜਾ ਕੇ ਵੇਖੋ, ਨਾਰੀਅਲ ਤਾਰਨਗੇ, ਦਾਲਾਂ 7 ਤਰ੍ਹਾਂ ਦੀਆਂ ਸੁੱਟ ਰਹੇ ਨੇ ਦਰਿਆ ਵਿੱਚ, ਗਰੀਬਾਂ ਨੂੰ ਨਹੀਂ ਵੰਡਦੇ। ਕਿਉਂ? ਮੇਰਾ ਕੰਮ ਚੰਗਾ ਚੱਲੇ। ਪਰਜਾ ਅੰਧੀ ਗਿਆਨ ਬਿਨ, ਇੱਕ ਬੱਚੀ ਨੇ MBBS ਕੀਤੀ ਹੈ, ਅੰਮ੍ਰਿਤਧਾਰੀ ਪਰਿਵਾਰ ਦੀ ਬੱਚੀ, ਉਹ ਹਸਪੀਟਲ ਲੱਗ ਗਈ। ਹੁਣ ਮੈਂ ਹਸਪੀਟਲ ਦਾ ਨਾਮ ਨਾ ਲਵਾਂ। ਸਾਧ ਸੰਗਤ, ਉਹ ਬੱਚੀ ਰੋ ਪਈ ਇੱਕ ਦਿਨ, ਕਹਿੰਦੀ ਭਾਈ ਸਾਹਿਬ ਮੈਂ ਤਾਂ ਛੱਡ ਹੀ ਦੇਣੀ ਡਾਕਟਰ। ਹੱਦ ਹੋ ਗਈ ਗੱਲ ਵਾਲੀ, ਪੁੱਤ ਤੂੰ ਤੇ MS ਕਰਨੀ ਹੈ, ਮਾਸਟਰ ਆਫ ਸਰਜਨ, ਤੂੰ ਕਿਉਂ ਛੱਡ ਦੇਣੀ? ਉਹ ਕਹਿੰਦੀ ਜਿਹੜੇ ਹਸਪੀਟਲ ਵਿੱਚ ਮੈਨੂੰ ਜੌਬ ਮਿਲੀ ਹੈ, ਕਹਿੰਦੀ ਉਹ ਕਹਿੰਦੇ ਮਰੀਜ਼ ਭਾਵੇਂ ਸਹੀ ਆਵੇ ਤੰਦਰੁਸਤ, ਤੁਸੀਂ ਨਹੀਂ ਕਹਿਣਾ ਵੀ ਕੇਸ ਸਹੀ ਹੈ, ਤੁਸੀਂ ਕਹਿਣਾ ਜੀ ਬਸ ਕੇਸ ਠੀਕ ਨਹੀਂ ਹੈ, ਆਪਰੇਸ਼ਨ ਕਰਨਾ। ਉਹ ਕਹਿੰਦੀ ਅਸੀਂ ਮਜਬੂਰਨ, ਜੇ ਮੈਂ ਕਹਾਂ ਨਹੀਂ ਜੀ ਸਹੀ ਹੈ, ਡਿਲੀਵਰੀ ਤਾਂ ਨਾਰਮਲ ਹੋ ਜਾਣੀ, ਬੱਚਾ ਤਾਂ ਸਹੀ ਹੈ। ਉਹ ਕਹਿੰਦੇ ਤੈਨੂੰ ਕਾਹਦੇ ਰੱਖੇ, ਤੂੰ ਕਹਿ ਵੇ ਠੀਕ ਨਹੀਂ, ਆਪਰੇਸ਼ਨ ਕਰਨਾ, ਅਗਲੇ ਦਾ ਪੇਟ ਪਾੜੋ, ਉਹ ਮਾਈ ਨੂੰ ਰੋਗੀ ਕਰ ਦਿਓ, ਉਹਨਾਂ ਨੂੰ ਪੈਸਾ ਚਾਹੀਦਾ, ਆਪਰੇਸ਼ਨ ਕਰੋਗੇ ਤਾਂ 50-60 ਹਜ਼ਾਰ ਬਣੇਗਾ।
ਨਹੀਂ ਤੇ ਨਾਰਮਲ ਤਾਂ 10-15 ਹਜ਼ਾਰ ਛੁਟਕਾਰਾ ਹੋ ਜਾਣਾ। ਉਹ ਕਹਿੰਦੀ ਸਾਤੋਂ ਪਾਪ ਕਰਾਉਂਦੇ ਨੇ, ਮੇਰੇ ਮਨ ਤੇ ਬੋਝ ਪੈ ਗਿਆ, ਮੈਂ ਇਹ ਨੌਕਰੀ ਛੱਡ ਦੇਣੀ ਹੈ। ਸਹੀ ਕੇਸ ਹੁੰਦਾ ਕਹਿੰਦੇ ਆਪਰੇਸ਼ਨ ਕਰੋ। ਇਹ ਪਰਜਾ ਅੰਧੀ ਗਿਆਨ ਬਿਨ ਨਹੀਂ ਤੇ ਹੋਰ ਕੀ ਹੈ। ਜੇ 550 ਸਾਲ ਪਹਿਲਾਂ ਸੀ ਅੱਜ ਵੀ ਅੰਨੇ। ਔਰ ਦੂਜੀ ਗੱਲ, ਆਪਾਂ ਆਪਣੀ ਜ਼ਿੰਮੇਵਾਰੀ ਵੇਖ ਲਈਏ। ਜਿੰਨੇ ਕੁ ਅਸੀਂ ਥੋੜੇ ਬਹੁਤੇ ਘੱਟ ਪੜੇ ਹੋਏ, ਕੀ ਆਪਾਂ ਸੁਜਾਖੇ ਹੋ ਗਏ? ਨਹੀਂ। ਅੱਜ ਵੀ ਬਾਣੀ ਦੇ ਚਾਨਣ ਤੋਂ ਟੁੱਟ ਕੇ ਅੰਨੇ। ਕਿਉਂ? ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਵਿਸ਼ਵਾਸ ਭਰੋਸਾ ਨਹੀਂ, ਧਾਗੇ ਤਵੀਤਾਂ ਤੇ ਵਿਸ਼ਵਾਸ ਹੈ। ਇਹ ਦੇਸ਼ ਹਿੰਦੁਸਤਾਨ ਅੱਜ ਵੀ ਅੰਨੀ ਪਰਜਾ ਕਿਉਂ? ਉਹ ਸਾਧ ਸੰਗਤ ਸੈਟੇਲਾਈਟ ਚੈਨਲਾਂ ਤੇ ਬਾਬੇ ਬਹਿੰਦੇ ਹੋਣ, ਪੜ੍ਹੇ ਲਿਖੇ ਲੋਕ ਹਨ, ਜਿੰਨੀਆਂ ਡਾਕਟਰਾਂ ਨੂੰ ਇਹ ਗੱਲ ਕਹਿੰਦੇ ਹੋਣ ਕਿ ਖੀਰ ਖਾ ਲਓ ਕਿਰਪਾ ਹੋ ਜਾਏਗੀ, ਗੋਲ ਗੱਪੇ ਖਾ ਲਓ ਕਿਰਪਾ ਹੋ ਜਾਏਗੀ, ਅੰਨੇ ਨੀ ਤੇ ਲੋਕ ਹੋਰ ਕੀ ਹੈ, ਉਹਨਾਂ ਨੂੰ ਵੀ ਮੰਨੀ ਜਾਂਦੀ ਹੈ। ਇੱਕ ਮਾਈ ਲੈ ਆਈ ਆਪਣੇ ਲੜਕੇ ਨੂੰ ਤੇ ਚੈਨਲ ਤੇ, ਉਹ ਬਾਬਾ 3000 ਰੁਪਈਆ ਉਹਦੀ ਟਿਕਟ। ਉਹ ਮਾਈ ਆ ਕੇ ਕਹਿੰਦੀ ਬਾਬਾ ਜੀ ਕਿਰਪਾ ਕਰ ਦਿਓ ਮੇਰੇ ਬੱਚੇ ਤੇ, ਕਿਰਪਾ ਕਰੋ ਬਾਬਾ ਜੀ, ਇਸਕੇ ਬੈਂਡ ਆ ਜਾਏ, ਕੈਨੇਡਾ ਭੇਜਣਾ ਹੈ, ਕੈਨੇਡਾ ਭੇਜਣਾ ਹੈ, ਬੈਂਡ ਆ ਜਾਣਾ। ਅੱਗੋਂ ਬਾਬਾ ਪਤਾ ਕੀ ਕਹਿੰਦਾ, ਕੋਈ ਬਾਤ ਨੀ, ਕਿਤਨੇ ਬੈਂਡ ਚਾਹੀਏ? ਇਹਦਾ ਮਤਲਬ ਬਾਬੇ ਨੂੰ ਵੀ ਨੀ ਪਤਾ ਕਿੰਨੇ ਹੁੰਦੇ, ਕਿਤੇ ਉਹਨੇ 15-20 ਕਹਿ ਨੀ ਦਿੱਤੇ, ਉਹਨੂੰ ਪਤਾ ਹੀ ਨੀ ਬੈਂਡ ਕਿੰਨੇ ਹੁੰਦੇ, ਕਿਤਨੇ ਬੈਂਡ ਚਾਹੀਦੇ। ਉਹ ਮਾਈ ਕਹਿੰਦੀ ਬਾਬਾ ਜੀ ਪਾਸ ਹੋਣੇ, ਜਿਤਨੇ ਪਾਸ ਹੋ ਜਾਏ ਬਸ, ਕੈਨੇਡਾ ਚਲਾ ਜਾਏ। ਅਰੇ ਕੋਈ ਬਾਤ ਨੀ ਬੇਟਾ, ਸਮੋਸੇ ਨਜ਼ਰ ਆ ਰਹੇ ਹੈ, ਕਬ ਖਾਏ ਥੇ? ਉਹ ਕਹਿੰਦਾ ਬਾਬਾ ਜੀ ਪਤਾ ਨੀ, ਹਫਤਾ 10 ਦਿਨ ਹੋ ਗਿਆ। ਬੇਟਾ ਸਮੋਸੇ ਖਾ ਲੈਣਾ ਚਟਨੀ ਕੇ ਸਾਥ, ਕਿਰਪਾ ਹੋ ਜਾਏ, ਹੱਦ ਹੋ ਗਈ ਗੱਲ। ਜੇ ਸਮੋਸੇ ਖਾ ਕੇ ਅਗਲੇ ਸੁਣਦੀ ਹੋਵੇ ਫਿਰ ਇੰਸਟੀਚਿਊਟ ਖੋਲਣ ਦੀ ਕੀ ਲੋੜ ਹੈ? ਪਰਜਾ ਅੰਧੀ ਗਿਆਨ ਬਿਨ ਨਹੀਂ ਤੇ ਕੀ ਹੈ? 550 ਸਾਲ ਪਹਿਲਾਂ ਸੀ ਅੱਜ ਵੀ ਹੈ। ਉਹ ਲੜਕੇ ਦੇ ਬੈਂਡ ਨੀ ਆਏ, ਫੇਲ ਹੋ ਗਿਆ। ਮਾਈ ਫਿਰ 3000 ਖਰਚ ਕੇ ਬਾਬੇ ਕੋਲ ਆਈ, ਬੈਂਕਟ ਹਾਲ ਵਿੱਚ ਉੱਥੋਂ ਟਿਕਟ ਲੈਣੀ ਪੈਂਦੀ ਜਿਹਨੇ ਉੱਤੋਂ ਪ੍ਰਸ਼ਨ ਪੁੱਛਣਾ, ਤੇ ਜਾ ਕੇ ਉਹਨੇ ਫਿਰ ਪੁੱਛਿਆ ਬਾਬਾ ਜੀ ਲੜਕਾ ਤੋਂ ਫੇਲ ਹੋ ਗਿਆ? ਕਹਿੰਦਾ ਬੇਟਾ ਕਿਆ ਬੋਲਾ ਤਾਂ ਖਾਣੇ ਕੇ ਲਈ? ਕਹਿੰਦੇ ਬਾਬਾ ਜੀ ਸਮੋਸੇ ਬੋਲੇ ਤੇ ਚਟਨੀ ਕੇ ਸਾਥ ਖਾਏ ਥੇ? ਹਾਂ ਬਾਬਾ ਜੀ। ਬੇਟਾ ਕੌਣ ਸੀ ਚਟਨੀ ਥੀ? ਕਹਿੰਦਾ ਬਾਬਾ ਜੀ ਲਾਲ ਵਾਲੀ। ਅਰੇ ਨਹੀਂ, ਹਰੀ ਚਟਨੀ ਸੇ ਖਾਣੇ ਤੇ ਕਿਰਪਾ ਹੋ, ਹੱਦ ਹੋ ਗਈ ਗੱਲ। ਪਰਜਾ ਅੰਧੀ ਗਿਆਨ ਬਿਨ ਅੱਜ ਵੀ ਹੈ। ਤੇ ਹੁਣ ਤੁਹਾਡੇ ਚ ਵੀ ਕਈ ਅੰਨੇ ਬੈਠੇ ਹੋਣਗੇ, ਗੁੱਸਾ ਨਾ ਕਰਿਓ, ਲੱਗਣੀ ਹੈ ਹੁਣ ਤੁਹਾਨੂੰ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਵਿਸ਼ਵਾਸ ਨਹੀਂ, ਹੱਥ ਚ ਪਹਿਨੇ ਹੋਏ ਕੜਿਆਂ ਤੇ ਭਰੋਸਾ ਨਹੀਂ, ਆਪਾਂ ਅੰਨੇ ਨੀ ਤੇ ਹੋਰ ਕੀ ਹੈ। ਅੱਧ ਨਾਲੋਂ ਵੱਧ ਸਿੱਖਾਂ ਨੂੰ ਵੀ ਧਾਗਿਆਂ ਤੇ ਵਿਸ਼ਵਾਸ ਹੈ, ਪੈਰਾਂ ਚ ਵੀ ਕਾਲੇ ਧਾਗੇ ਪਾਉਣ ਲੱਗ ਪਏ, ਹੁਣ ਬੀਬੀਆਂ ਵੀ ਪਾਉਣੀਆਂ, ਬੰਦੇ ਵੀ ਪਾਈ ਜਾਂਦੇ। ਇਹ ਹੈ ਬਿਮਾਰੀ ਕਿ ਨਹੀਂ ਹੈ, ਤੁਸੀਂ ਆਪਣੇ ਮਨ ਚ ਵਿਚਾਰ ਕਰਿਓ। ਹੈ ਘਰਾਂ ਚ ਬਿਮਾਰੀ ਫੈਲ ਗਈ। ਪਰਜਾ ਅੰਧੀ ਗਿਆਨ ਬਿਨ ਅੱਜ ਵੀ ਲੋਕ ਗਿਆਨ ਤੋਂ ਬਗੈਰ ਅੰਨੇ ਨੇ, ਕਿਉਂਕਿ ਆਪਾਂ ਗੁਰਬਾਣੀ ਦਾ ਚਾਨਣ ਨਹੀਂ ਲਿਆ। ਜੇ ਆਪਣੇ ਘਰ ਚ ਗੁਰਬਾਣੀ ਦਾ ਚਾਨਣ ਹੁੰਦਾ ਫਿਰ ਕਿਤੇ ਭੱਜਣ ਦੀ ਲੋੜ ਨਹੀਂ। ਹਾਂ, ਦੁੱਖ ਤੋਂ, ਰੋਗ ਤੋਂ ਡਰਦੇ ਹੋ, ਸੰਤਾਪ ਤੋਂ ਡਰਦੇ ਹੋ, ਮੇਰੇ ਗੁਰੂ ਨੇ ਚਾਨਣ ਦਿੱਤਾ ਸੀ। ਹਰ ਗੁਰਦੁਆਰੇ ਪਿੰਡ ਵਿੱਚ 2 ਵਾਰ ਪੜਿਆ ਜਾਂਦਾ, ਫਿਰ ਵੀ ਵਿਸ਼ਵਾਸ ਨਹੀਂ ਆਇਆ। ਪਾਤਸ਼ਾਹ ਨੇ ਕਿਹਾ ਉਹ ਵਿਸ਼ਵਾਸ ਰੱਖ, ਜਾ ਤੇਰੇ ਦੁੱਖ ਰੋਗ ਸੰਤਾਪ ਦੀ ਜ਼ਿੰਮੇਵਾਰੀ ਮੇਰੀ, ਤੂੰ ਇੱਕ ਕੰਮ ਕਰਿਆ ਕਰ, ਗੁਰੂ ਦੀ ਬਾਣੀ ਸੁਣ ਲਿਆ ਕਰ, ਆਖੋ ਸਤਨਾਮ ਸ੍ਰੀ। ਕਿਤੇ ਲਿਖਿਆ ਹੋਇਆ ਰੋਜ਼ ਹਰ ਪਿੰਡ ਵਿੱਚ 2 ਵਾਰ ਪੜਿਆ ਜਾਂਦਾ ਸਵੇਰੇ ਸ਼ਾਮ, ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪਰ ਆਪਾਂ ਮੰਨਿਆ ਨਹੀਂ, ਕਿਉਂਕਿ ਪਰਜਾ ਅੰਨੀ ਗਿਆਨ ਬਿਨ, ਪਰਜਾ ਅੰਧੀ ਗਿਆਨ ਬਿਨ। ਇੱਕ ਵਾਰ ਪੜਾਓ ਆਪਣੇ ਮਨ ਨੂੰ, ਦੁੱਖ ਰੋਗਾਂ ਤੋਂ ਡਰ ਕੇ ਧਾਗੇ ਤਵੀਤਾਂ ਦੀ ਲੋੜ ਨਹੀਂ, ਗੁਰੂ ਦੀ ਬਾਣੀ ਪੜ ਲਿਆ ਕਰੋ, ਸੁਣ ਲਿਆ ਕਰੋ, ਪੜੋ ਸਾਰੇ ਪਿਆਰ ਨਾਲ। ਦੁੱਖ ਰੋਗ ਸੰਤਾਪ ਉਤਰੇ, ਦੁੱਖ ਰੋਗ ਸੰਤਾਪ ਉਤਰੇ, ਦੁੱਖ ਰੋਗ ਸੰ ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ, ਸੁਣੀ ਸੱਚੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਇਹ ਪੂਰੇ ਗੁਰੂ ਨੇ ਜਾਣਕਾਰੀ ਦਿੱਤੀ ਪਰ ਆਪਾਂ ਨਹੀਂ ਲਈ। ਇਸ ਲਈ 550 ਸਾਲ ਬਾਅਦ ਵੀ ਪਰਜਾ ਅੰਧੀ ਗਿਆਨ ਬਿਨ, ਕੂੜ ਕੋ ਸਤਮੁਖੋਂ ਆਲਾਈ। ਸਾਧ ਸੰਗਤ, ਮੈਂ ਡਿਟੇਲ ਵਿੱਚ ਨਹੀਂ ਕਹਿਣੀ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਕੋਲ ਮੋਬਾਈਲ ਨੇ,
ਗੂਗਲ ਉੱਤੇ ਯੂਟਿਊਬ ਤੇ ਸਰਚ ਕਰਿਓ। ਮੈਂ ਇੱਕ ਦਿਨ ਇੱਥੇ ਲੱਗ ਗਈ ਤੁਹਾਡੇ ਬੇਨਤੀ ਕੀਤੀ, ਵਿਗਿਆਨੀ ਦਾ ਨਾਮ ਹੈ ਵਾਸੂ ਭਾਰਤਵਾਜ, ਵਾਸੂ ਭਾਰਤਵਾਜ ਗੂਗਲ ਉੱਤੇ ਭਰੋ, ਵਿਗਿਆਨੀ ਹੈ ਬੰਦਾ, ਸਾਇੰਟਿਸਟ।